ਜੁੱਤੀ ਵਾਲੇ ਜੁੱਤੀ ਦਿਖਾ। ਇਹ ਕਿੰਨੇ ਦੀ ਹੈ? ਕਮੇਟੀ ਪਾ ਕੇ ਲੈ ਲਈ ਹੈ। ਅਸੀਂ ਪਾਉਣੇ ਆ, ਉਹਦੀ ਵੀ ਜੁੱਤੀ ਲੈ ਲਓ ਜਿਹਨੇ ਲਾਉਣੀ ਆ। ਉਹ ਮੈਂ ਕਿਹਾ ਭਾਜੀ ਕੈਂਚੀ ਚੱਪਲ ਤਾਂ ਦਿੱਤੀ, ਕਹਿੰਦਾ ਜਿੱਦਾਂ ਦਾ ਤੂੰ ਗਾਇਆ ਮੇਰਾ ਜਿਹੜੇ ਤੇ ਚੌਵੀ ਅੰਗੂਠੇ ਕੱਟ ਦੇ। ਵਿੱਕੀ ਭਾਈ ਆ ਜੀ, ਸ਼ੌਕੀ ਭਾਈ ਵੀਰੇ, ਜੁੱਤੀ ਬੜੀ ਬੜੀ ਜਗ੍ਹਾ ਤੋਂ ਲਈ, ਜੁੱਤੀ ਟੁੱਟ ਜਾਂਦੀ ਹੈ। ਪੰਨਿਓ ਲੈ ਲਿਆ ਕਰ। ਮੈਨੂੰ ਇਹ ਨਹੀਂ ਗੱਲ, ਆ ਕੱਲ੍ਹ ਮੈਂ ਲੰਡਿਓ ਲੰਘਿਆ ਤੇ ਇੱਕ ਬੰਦੇ ਕਹਿੰਦਾ ਤੂੰ ਸ਼ੌਕੀ ਭਾਈ ਜੋਗਰ ਲੈ ਲਾ, ਸਾਲ ਕਿਤੇ ਵੀ ਨਹੀਂ ਜਾਣੇ। ਮੈਂ ਕਿਹਾ ਜੀ ਮੈਂ ਨਾ ਖਰੀਦਦਾ ਤੇ ਰੇਹੜੀ ਤੋਂ ਵੀ ਸਾਲ ਕਿਤੇ ਨਹੀਂ ਸੀ ਜਾਣੇ। ਯਕੀਨ ਕਰੋ ਮੇਰੇ ਨਾਲ ਵੀ ਇੰਜ ਹੀ ਹੋਇਆ। ਕੀ ਹੋਇਆ? ਮੈਂ ਬਾਟਾ ਦੀ ਦੁਕਾਨ ਤੇ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਸਰਵਿਸ ਸਰਵਿਸ ਹੀ ਹੈ, ਸਰਵਿਸ ਸਰਵਿਸ ਹੀ ਆ। ਉਹ ਬਾਟਾ ਵਾਲਿਆਂ ਦਾ ਇੱਕ ਬੰਦਾ ਬੜਾ ਗੁੱਸੇ ਵਾਲਾ ਸੀ, ਉਹਨੇ ਫੜ ਕੇ ਮੈਨੂੰ ਮਾਰ ਰਿਹਾ। ਕਿਉਂ ਜੀ? ਐਸੀ ਸਰਵਿਸ ਉਹਨੇ ਮੇਰੀ ਕੀਤੀ, ਮੇਰੇ ਮੂੰਹ ਚੋਂ ਫਿਰ ਨਿਕਲਿਆ, ਮੈਂ ਕਿਹਾ ਨਹੀਂ ਬਾਟਾ ਵੀ ਠੀਕ ਆ। ਮੈਂ ਇੱਕ ਬੰਦੇ ਨੂੰ ਕਿਹਾ ਭਾਈ ਜੁੱਤੀ ਕਿੰਨੇ ਦੀ ਲਈ ਤੇ ਕਹਿੰਦਾ 1500 ਦੀ। ਮੈਂ ਕਿਹਾ ਤੇ 250 ਦੀ ਆ। ਕਹਿੰਦਾ ਲਈ 250 ਦੀ ਆ, ਗੰਡਾ ਗੰਡਾ ਕੇ 1500 ਦੀ ਹੋ ਗਈ। ਅੱਛਾ ਯਾਰ ਪੁੱਛੀ ਦੁਕਾਨ ਹੈਗੀ ਜੁੱਤੀਆਂ ਵਾਲੀ? ਜੁੱਤੀ ਲੈਣ ਜਾਂਦੇ ਉੱਥੇ ਜੁੱਤੀ ਲੈ ਕੇ ਆਉਂਦੇ, ਉਹ ਪਾਉਂਦੇ ਉੱਥੇ ਪੈਂਦੀ ਨਹੀਂ, ਲਾਂਦੇ ਉੱਥੇ ਲੈਂਦੀ ਨਹੀਂ, ਪੈ ਜਾਵੇ ਦੂਜੀ ਵਾਰੀ ਪਾਣ ਜੋਗੀ ਰਹਿੰਦੀ ਨਹੀਂ। ਮੇਰੇ ਕੋਲ ਡਰੈਸਾਂ ਬ੍ਰਾਂਡ ਸਿਟੀ ਸ਼ੂਜ਼ ਆ ਬੜੇ। ਅੱਛਾ ਬ੍ਰੈ ਬ੍ਰਾਂਡ ਸਿਟੀ ਜਿਹੜਾ ਪੈਨੋਰਮਾ ਦੇ ਨਾਲ ਆ ਕੇ ਆਈਕਾਨ ਸੈਂਟਰ? ਆਹੋ ਉੱਥੇ ਬ੍ਰਾਂਡ ਸਿਟੀ ਉੱਥੇ ਚੱਲਨੇ ਆ, ਆ ਧਿਆਨ ਦੇ ਨਾਲ ਜ਼ਰਾ। ਓਏ ਉਹ ਨਦੀਮ ਨਹੀਂ ਸੀ ਹੁੰਦਾ ਜਿਹੜਾ ਟੈਕਸੀ ਚਲਾਉਂਦਾ ਸੀ? ਆਹੋ ਉਹਦੇ ਭਰਾ ਨੇ ਦੁਕਾਨ ਪਾਈ ਨਵੀਦ ਨੇ। ਅੱਛਾ ਅੱਛਾ ਨਵੀਦ ਭਾਈ ਨੇ ਆਈਕਾਨ ਸੈਂਟਰ। ਆਹੋ ਵਾਹ ਜੀ ਵਾਹ। ਲਓ ਜੀ ਆਪਾਂ ਦੁਕਾਨ ਦੇ ਅੰਦਰ ਆ ਗਏ ਆ, ਤਾਂ ਹੁਣ ਇੱਥੋਂ ਕੋਈ ਚੀਜ਼ ਨਾ ਚੁੱਕ ਲਈ, ਮਤਾ ਅਸੀਂ ਅੰਦਰ ਹੀ ਚਲੇ ਜਾਈਏ। ਕੀ ਹਾਲ ਆ ਭਾਜੀ? ਠੀਕ ਠਾਕ ਭਾਜੀ। ਆ ਵਿੱਕੀ ਬਾਬੂ ਨੇ ਆਪਣੇ ਤੇ ਇਹਨਾਂ ਦੀ ਹੈਗੀ ਆ ਸ਼ਾਦੀ ਜੀ, ਤੇ ਕੋਈ ਫਸਟ ਕਲਾਸ ਦੀ ਜੁੱਤੀ ਦੇ ਵਿਖਾਓ। ਇਹ ਦੇਖੋ ਸਾਰੀਆਂ ਵਰਾਇਟੀਆਂ ਲੱਗੀਆਂ, ਆਹ ਤੇ ਲਾਓ ਜ਼ਰਾ ਭਾਜੀ। ਜੁੱਤੀ ਵਾਲੇ ਜੁੱਤੀ ਦਿਖਾ। ਬਹੁਤ ਬੁਰੀ ਗੱਲ ਆ, ਫਿਰ ਤੂੰ ਕਹਿੰਦਾ ਲੋਕੀ ਮੈਨੂੰ ਜੁੱਤੀਆਂ ਵਿਖਾਉਂਦੇ ਨੇ। ਓਏ ਆਹੋ ਤੇ ਉਹ ਵਿਖਾਈ ਜਾਂ, ਇੱਥੇ ਜੁੱਤੀਆਂ ਵੇਖਣ ਆਏ ਭਾਜੀ। ਇਹ ਕਿੰਨੇ ਦੀ ਆ? ਇਹ ਭਾਜੀ ਤੁਹਾਡੇ ਆਸੇ ਜਿਹੜੀ 4000 ਰੁਪਏ। 4000 ਜੁੱਤੀ ਤਾਂ ਬਹੁਤ ਵਧੀਆ ਬਣੀ ਏ। ਇਹ ਲੈਦਰ ਆ ਜਾਂ ਆਪਣਾ ਰੈਕਸੀ ਨਾ? ਰੈਕਸੀ ਨਹੀਂ। ਅੱਛਾ ਪਿਓਰ? ਪਿਓਰ ਲੈਦਰ ਹੈ। ਵਾਹ ਜੀ ਵਾਹ। ਹੋਰ ਕੋਈ ਲੈਦਰ ਹੋਰ ਵਿਖਾਓ ਕੋਈ। ਇਹ ਦੇਖੋ ਜੀ ਇਹ ਲੈਦਰ 'ਚ। ਕਿਆ ਇਹ ਕਿੰਨੇ ਦੀ ਹੈ ਜੀ? ਇਹ ਜੀ 9000 ਰੁਪਏ। ਕਮੇਟੀ ਪਾ ਕੇ ਲੈ ਲਈਏ? ਮੈਨੂੰ ਜਿੱਡਾ ਮਹਿੰਗਾ ਦੱਸਣ ਡਿਆ, ਮੈਨੂੰ ਲੱਗਦਾ ਇੰਸ਼ੋਰੈਂਸ ਤੇ ਜੁੱਤੀਆਂ ਲੈਣੀਆਂ। ਨਹੀਂ ਜੁੱਤੀ ਜਿੱਡੀ ਜਿੱਡੀ ਅੱਛੀ ਬਣੀ ਆ, ਹੈ ਸਸਤੀ ਆ। ਹਾਂ ਮਾਲ ਇਹਨਾਂ ਕੋ ਪਾਇਦਾਰ ਆ, ਇਹਨਾਂ ਦੀ ਜੁੱਤੀ ਟੁੱਟਦੀ ਨਹੀਂ ਛੇਤੀ। ਐ ਤੇਰੇ ਵਜੀ ਆਣਾ 5-6 ਸਾਡੇ ਲੱਕ 'ਚ ਤੇ ਵੇਖ ਟੁੱਟਦੀ ਕਿ ਨਹੀਂ। ਉਹ ਨਹੀਂ ਟੁੱਟਣੀ, ਫਿਰ ਵੀ ਇਹ ਬੜੀਆਂ ਢੀਠ ਜੁੱਤੀਆਂ ਬਣਵਾਉਂਦੇ ਨੇ, ਪਤਾ ਨਹੀਂ ਕਿਹਦੇ ਕੋਲ ਬਣਵਾਉਂਦੇ ਨੇ। ਅੱਛਾ ਭਾਜੀ ਵਰਾਇਟੀ ਤਾਂ ਬਹੁਤ ਬਹੁਤ ਵਧੀਆ ਤੁਹਾਡੇ ਕੋਲ ਜੀ। ਵਿੱਕੀ ਭਾਈ ਦੀ ਸ਼ਾਦੀ ਆ ਤੇ ਉਸ ਚੱਕਰ 'ਚ ਕੋਈ ਜੁੱਤੀ ਲੈਣੀ, ਆਹ ਵਾਲੀ ਕਿਸ ਤਰ੍ਹਾਂ ਲਾਈ ਭਾਈ? ਇਹ ਮੇਰਾ ਖਿਆਲ ਤੁਸੀਂ ਫਰੇਮ 'ਚ ਲਾਈ ਹੈ। ਹਾਂਜੀ ਫਰੇਮ 'ਚ ਲਾਈ ਸੀ। ਤੇ ਰੇਟ ਕੀ ਇਹਦਾ ਜੀ? ਇਹਦਾ ਰੇਟ ਤੁਹਾਡੇ ਆਸੇ ਜਿਹੜਾ 4000 ਰੁਪਏ। ਇਹਨਾਂ ਨੂੰ ਰੇਟ ਪਵਾ। ਆਹ ਵੇਖ ਤਾਂ ਸਹੀ, ਆਹ ਤੂੰ ਚੈੱਕ ਕਰ ਜੁੱਤੀ। ਕੀ ਜੁੱਤੀ ਏ, ਇਹਨੂੰ ਪਾ ਕੇ ਹਲਵਾ ਖਾ ਲਈ ਦਾ? ਨਹੀਂ ਇਹ ਉਹ ਜੁੱਤੀ ਏ, ਬੰਦਾ ਕਹਿੰਦਾ ਨਹੀਂ ਮੇਰੀ ਜੁੱਤੀ ਨੂੰ, ਇਹ ਉਹ ਜੁੱਤੀ ਏ। ਨਹੀਂ ਭਾਈ ਨੇ ਇਹ 4000 ਦਾ ਕੋ ਲੈਸ ਲੂਸੇ ਦੀ ਪਈ। ਜਿਸ ਤਰ੍ਹਾਂ ਕਹੋਗੇ ਕਰ ਲਾਂਗੇ। ਦੇਖੋ ਤੁਸੀਂ ਕਹਿੰਦੇ ਹੁੰਦੇ ਉਸ ਤਰ੍ਹਾਂ ਤੁਸੀਂ ਕਰਦੇ ਨਹੀਂ ਜੇ ਵੈਸੇ। ਨਹੀਂ ਅਸੀਂ ਉਸ ਤਰ੍ਹਾਂ ਕਰਾਂਗੇ। ਅੱਛਾ ਜੀ, ਅਗਰ ਕਿਸੇ ਅਨਾੜੀ ਬੰਦੇ ਨੇ ਆਉਣਾ ਹੋਵੇ ਤੇ ਪੈਨੋਰਾਮਾ ਸੈਂਟਰ ਦੇ ਨਾਲ ਆਈਕਾਨ ਸੈਂਟਰ? ਹਾਂਜੀ ਹਾਂਜੀ ਬਿਲਕੁਲ। ਤਾਂ ਬ੍ਰਾਂਡ ਕੀ ਹੈ ਜੀ ਦੁਕਾਨ ਦਾ, ਕੀ ਨਾਮ? ਬ੍ਰਾਂਡ ਸਿਟੀ ਸ਼ੂਜ਼ ਆ ਜੀ। ਸਿਟੀ ਸ਼ੂਜ਼? ਵਾਹ ਜੀ ਵਾਹ, ਕੀ ਬਾਤ ਹੈ ਸਾਡੀ। 7 ਨੰਬਰ ਦੁਕਾਨ ਜੀ ਬੰਦੇ, ਤੁਸੀਂ 2 ਨੰਬਰ ਲੱਗਣ ਦੇ। ਦੁਕਾਨ ਤੁਹਾਡੀ 7 ਨੰਬਰ ਆ, ਤੇ 5-6 ਨੰਬਰ ਅੱਗੇ ਨਹੀਂ ਹੈਗੇ ਵੈਸੇ। ਹਾਂਜੀ ਆ ਵੇਖ ਜੀ, ਆ ਦੇਖੋ ਜੁੱਤੀ, ਆ ਦੇਖੋ ਜੁੱਤੀ, ਕੀ ਬਾਤ ਹੈ, ਕਿੱਡੀ ਪਾਇਦਾਰ ਜੁੱਤੀ, ਜੁੱਤੀ ਨੂੰ ਰਗੜਾ ਫੇਰ ਗਿਆ ਹਾਂ। ਅੱਛਾ ਇੱਕ ਮਿੰਟ, ਇਹ ਭਾਈ ਜਿਹੜੀ ਜੁੱਤੀ ਆ ਇਹ ਪਾ ਕੇ ਤੁਸੀਂ ਬਾਂਦਰ ਕਿੱਲਾ ਵੀ ਖੇਡ ਸਕਦੇ ਹੋ, ਹਰ ਚੀਜ਼ ਖੇਡ ਸਕਦੇ। ਇਹਦਾ ਕੀ ਰੇਟ ਆ ਭਾਈ? ਇਹਦਾ ਵੀ 4000 ਰੁਪਏ। ਅੱਛਾ ਸਾਰੀਆਂ ਦਾ 4000 ਫਿਕਸ ਰੇਟ ਲਾਏ ਨੇ? ਅੱਛਾ ਫਿਕਸ ਰੇਟ ਆ, ਯਾਨੀ ਮਾਲ ਵਧੀਆ ਤਾਂ ਰੇਟ ਫਿਕਸ? ਹਾਂਜੀ ਬਿਲਕੁਲ, ਬਹੁਤ ਵਧੀਆ ਗੱਲ ਆ। ਉਤਲਾ ਵਿਖਾਉਣਾ ਜੀ ਵਾਈਟ ਰੰਗ ਦਾ, ਆਹ ਜਿਹੜਾ
ਆ ਵਾਈਟ ਰੰਗ ਦਾ ਸ਼ੂਜ਼ ਆ ਆ ਦੇਖੋ ਜਰਾ ਕਿਆ ਕਹਿਣੇ ਆ ਜੱਚੇਗਾ ਯਾਰ ਵੈਸੇ ਭਾਬੀ ਤੁਹਾਡੀ ਮੁਤਾਸਰ ਹੋਏਗੀ ਕਿ ਨਹੀਂ ਜਦੋਂ ਪਾਵਾਂਗਾ ਇਹ ਤੇ ਪਤਾ ਨਹੀਂ ਹੁਣ ਭਾਬੀ ਨੂੰ ਪਤਾ ਹੋਵੇ ਫਸਟ ਕਲਾਸ ਇਹਨਾਂ ਦੀ ਸ਼ਾਦੀ ਹੈ ਜੀ ਵਿੱਕੀ ਭਾਈ ਦੀ ਅੱਛਾ ਜੀ ਉਹਦਾ ਕਰਕੇ ਜੁੱਤੀ ਲੈਣ ਇਹਦਾ ਭਾਈ ਕੀ ਰੇਟ ਆ ਜੀ ਆਪਣਾ ਉਹਨੂੰ ਕੋਈ ਦੱਸਣ ਡਿਆ ਉਹ ਕੀਮ ਚਾਰ ਅਸੀਂ ਪਾਉਣੇ ਆ ਉਹਦੀ ਵੀ ਜੁੱਤੀ ਲੈ ਲਓ ਜਿਹਨੇ ਲਾਉਣੀ ਆ ਆ ਭਾਜੀ ਵਧੀਆ ਅੱਛਾ ਭਾਈ ਆਹ ਜਿਹੜੀ ਆਪਣਾ ਪਿਸ਼ਾਵਰੀ ਇਹ ਵਿਖਾ ਲਓ ਇਹ ਵਾਲੀ ਗੋਟੇ ਸੋਲ ਵਾਲੀ ਅੱਛਾ ਦੱਸ ਰੋਣ ਕਿਹਾ ਜੁੱਤੀ ਵਾਲੀ ਦੁਕਾਨ ਤੇ ਆ ਹੈਲੋ ਕਮਾਲ ਜੁੱਤੀ ਤੁਹਾਨੂੰ ਕਿੱਦਾਂ ਪਤਾ ਕਿ ਸੋਲ ਅੱਛਾ ਲੱਗਾ ਜੁੱਤੀ ਪੈਰਾਂ ਚ ਪਾਈ ਚੰਗੀ ਲੱਗਦੀ ਨਾ ਹਲਕੀ ਜੁੱਤੀ ਲੱਗੇਗਾ ਜਿਵੇਂ ਜੁਰਾਬਾਂ ਪਾਈਆਂ ਸ਼ੁਕਰ ਕਰ ਸ਼ੌਕੀ ਪਾਈ ਕਿਸੇ ਚੰਗੀ ਦੁਕਾਨ ਤੇ ਆ ਗਏ ਤੇਰੇ ਵਿਆਹ ਦੇ ਸਾਲੀਆਂ ਜੁੱਤੀ ਲੁਕਾਉਣ ਤੋਂ ਬੈਠੀਆਂ ਸਨ ਮਾਮਾ ਉਦੋਂ ਵੀ ਪੈਰਾਂ ਤੇ ਛਾਪੜ ਚਾੜ ਕੇ ਆਇਆ ਸੀ ਤੇ ਤੇਰੇ ਵਿਆਹ ਹੁਣ ਤੇਰਾ ਵੀ ਵਿਆਹ ਹੋ ਰਿਹਾ ਨਾ ਸਾਲੀਆਂ ਨੇ ਤੇਲ ਨਹੀਂ ਚੋਣਾ ਤੂੰ ਤੇ ਚੰਗੀ ਭਲੀ ਜਗ੍ਹਾ ਤੇ ਡਿੱਗ ਪੈਣਾ ਫਿਰ ਤੇ ਤਿਲਕ ਨਹੀਂ ਹੋ ਜਾਣੀ ਬਿਲਕੁਲ ਇੰਜੀ ਉਹ ਖਿਆਲ ਕਰਨ ਦੀ ਹੈ ਨਾ ਮਥਾ ਜਾ ਵਧੀਆ ਵਧੀਆ ਭਾਜੀ ਇਹ ਦਿਖਾਓ ਜਰਾ ਇਹ ਵਾਲੀ ਆ ਵੇਖ ਲਾਹੌਰ ਚ ਕਿਸੇ ਕੋਲ ਏਦਾਂ ਦੀ ਵੈਰਾਈਟੀ ਨਹੀਂ ਹੈਗੀ ਆਹ ਤੇ ਵੈਰਾਈਟੀ ਮੈਂ ਕਰਾਚੀ ਵੇਖੀ ਜਾਂ ਹੁਣ ਇੱਥੇ ਵੇਖੀ ਪਰ ਤੂੰ ਮੁਫਤ ਲੈਣੀ ਏਡੀ ਪਬਲਿਸਿਟੀ ਕਰਨ ਦੇ ਨਹੀਂ ਮੁਫਤ ਚੀਜ਼ ਚੰਗੀ ਹੋਵੇ ਤਾਂ ਦੱਸੀਦਾ ਪੱਕੇ ਫਿਕਸ ਰੇਟ ਆ ਚਲੋ ਮਿਹਰਬਾਨੀ ਤੁਹਾਡੀ ਕਿਆ ਬਾਤ ਇਹ ਦੇਖੋ ਤੇਰਾ ਜੁੱਤੀ ਜੁੱਤੀਆਂ ਤਾਂ ਠੀਕ ਨੇ ਜੁੱਤੀਆਂ ਵਾਲੇ ਤੇ ਗਲੇ ਚ ਜਿੱਡੀ ਖਰਾਸ਼ ਇਹ ਕਦੀ ਵੀ ਨਹੀਂ ਗਾ ਸਕਦਾ ਪਾ ਕਾ ਕੂੜ ਹੀ ਯਕੀਨ ਜੁੱਤੀ ਲੈਣ ਆਇਆ ਸਾਈ ਦੇਣ ਆਇਆ ਇੱਥੇ ਉਹ ਮੈਂ ਇਹ ਕਹਿਣਾ ਚਾਹ ਰਿਹਾ ਕਿ ਹਰ ਬੰਦੇ ਨੂੰ ਮੌਲਾ ਨੇ ਸੁਰ ਦਿੱਤਾ ਹੁੰਦਾ ਹੈ ਤੇ ਕਿਸੇ ਤਰੀਕੇ ਦੇ ਨਾਲ ਉਹਨੂੰ ਗਾਣਾ ਚਾਹੀਦਾ ਹੈ ਓ ਜਾਣ ਵਾਲਾ ਜਾਂਦਾ ਜਾਂਦਾ ਜੁੱਤੀਆਂ ਵਖਾ ਗਿਆ ਮੈਂ ਇੱਕ ਦਿਨ ਬ੍ਰੈਂਡ ਸਿਟੀ ਦਫ਼ਤਰ ਚ ਗਾਇਆ ਜਾ ਕੇ ਉਹ ਜਿਹੜਾ ਆਈਕਨ ਤੇ ਦੁਕਾਨ ਹੈਗੀ ਜਾ ਕੇ ਆਹੋ ਅੱਛਾ ਮੈਂ ਜਿਸਲੇ ਗਾਇਆ ਇਹਨਾਂ ਮੈਨੂੰ ਕੈਂਚੀ ਚੱਪਲ ਦਿੱਤੀ ਕਿਉਂ ਜੀ ਉਹ ਮੈਂ ਕਿਹਾ ਭਾਜੀ ਕੈਂਚੀ ਚੱਪਲ ਕਿਉਂ ਦਿੱਤੀ ਕਹਿੰਦਾ ਜਿੱਦਾਂ ਦਾ ਤੂੰ ਗਾਇਆ ਮੇਰਾ ਜਿਹੜੇ ਤੇ ਚਵੀ ਅੰਗੂਠੇ ਕੱਟ ਦੇ ਯਾਰ ਇੱਕ ਜਗ੍ਹਾ ਤੇ ਤੂੰ ਗਾਇਆ ਤੇ ਉਹਨਾਂ ਨੇ ਤੈਨੂੰ ਬੂਟ ਦਿੱਤੇ ਪੁਰਾਣੇ ਤੇ ਕਹਿੰਦਾ ਜੀ ਪੁਰਾਣੇ ਬੂਟ ਆ ਕਹਿੰਦਾ ਵੀਰੇ ਜਿੱਦਾਂ ਦੀ ਤੇਰੀ ਆਵਾਜ਼ ਮੈਂ ਵਿੱਚੋਂ ਤਸਵੀਰ ਨਹੀਂ ਕੱਢੇ ਮੈਂ ਇੱਕ ਦਿਨ ਨਿਊ ਖਾਨ ਦੇ ਦਫ਼ਤਰ ਗਾਇਆ ਅੱਛਾ ਹਾਏ 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 ਕੈਸਾ ਗਾਇਆ ਹੋਣਾ ਉਹਨਾਂ ਮੈਨੂੰ 500 ਟਿਕਟ ਦਿੱਤੀ ਉਹ ਕਿਉਂ ਕਹਿੰਦੇ ਬੱਸਾਂ ਚ ਬਾਕੀ ਵੇਚਿਆ ਕਰ ਜਿਹੋ ਜਿਹੀ ਤੇਰੀ ਆਵਾਜ਼ ਪਰ ਸਹੀ ਗੁੱਸਾ ਨਾਲ ਮੁੰਡਾ ਤੇਰਾ ਯੂਟਿਊਬਰ ਹਸਾਉਂਦਾ ਹਸਾਉਂਦਾ ਰਹੀ ਹੋਰ ਕੋਈ ਗੱਲ ਅੱਛਾ ਭਾਜੀ ਵੈਰਾਈਟੀ ਤੁਹਾਡੇ ਕੋਲ ਬਹੁਤ ਵਧੀਆ ਜੀ ਜੀ ਹਾਲਾ ਤੋਂ ਇਹ ਦੇਖੋ ਨਾ ਅੰਗੂਠੇ ਵਾਲੀ ਚੱਪਲ ਇਹ ਦੇਖੋ ਜਰਾ ਕਿਆ ਬਾਤ ਹੈ ਇਹ ਵੇਖੋ ਜੀ ਤੇਰਾ ਕਿਆ ਕਰਨੇ ਪਾ ਜੇਬ ਚ ਨਿਕਲੀ ਹੈ ਉਹ ਕਿਹੜੀ ਜੇਬ ਚ ਪਾ ਲਾ ਜੁੱਤੀ ਹੈ ਡਾਲਰ ਨੇ ਪਾ ਕੇ ਨਿਕਲ ਜੀ ਹੈ ਮੈਨੂੰ ਵੀ ਫੜਵਾਏਗਾ ਪੁੱਤ ਤੂੰ ਇਹ ਕਿੰਨੇ ਦੀ ਭਾਜੀ ਨੂੰ ਕਹਿਣੇ ਬਹੁਤ ਅੱਛੀ ਜੁੱਤੀ ਹੈ ਬਹੁਤ ਅੱਛੀ ਇਹ ਪਾ ਕੇ ਤੁਸੀਂ ਨਾ ਵੀ ਸਕਦੇ ਹੋ
ਇਹਨਾਂ ਕੋਲ ਵੈਰਾਈਟੀ ਬਹੁਤ ਅੱਛੀ ਹੈ ਭੈਣ, ਮੈਨੂੰ ਲੱਗਦਾ ਆਪ 250 ਵਾਲੀ ਪਾਉਂਦੇ ਨੇ ਫੱਟੇ। ਨਹੀਂ ਨਹੀਂ ਨਹੀਂ, ਆਪ ਵੀ ਮਹਿੰਗੀਆਂ ਜੁੱਤੀਆਂ ਪਾਈਆਂ ਉਹਨਾਂ। ਪਾ ਐਸੀ ਜੁੱਤੀ ਹੋਣੀ ਚਾਹੀਦੀ ਏ ਕਿ ਘੋੜੀ ਚੜਿਆ ਇੰਜ ਲੱਗੇ ਜਿਵੇਂ ਸੁਲਤਾਨ ਨੇ ਨਵੇਂ ਬੂਟ ਪਾਏ। ਨਹੀਂ ਤੂੰ ਜੁੱਤੀ ਲੈਣੀ ਆ, ਤੈਨੂੰ ਪੌੜੀ ਲੈ ਦੀ ਆ ਜਿੱਤੇ ਚੜ ਕੇ ਤੂੰ ਘੋੜੀ ਘੋੜੀ ਤੇ ਚੜ ਜਾ। ਹਾਏ ਇਹੋ ਜਿਹੀ ਜੁੱਤੀ ਤੇਰਾ ਤਾਂ ਗਰ ਪੈਰ ਮੈਂ ਪਾਈ ਹੋਵੇ ਤੇ ਕੁੜੀਆਂ ਚਿੜੀਆਂ ਕਹਿਣ ਨੀ ਵੀਰ ਸਾਡਾ ਘੋੜੀ ਚੜਿਆ। ਆਹ ਜੁੱਤੀਆਂ ਸਵੇਰ ਚੜਿਆ ਮੈਂ ਚੰਗੀ ਆ ਰੁਪਈਆ ਦਿਲ ਤੇ ਕਰਦਾ ਸਾਰੀਆਂ ਲੈ ਕਿੰਨੇ ਦੀ ਜੁੱਤੀ ਆ ਸਰੋਂ ਦੇ ਸਾਗ ਚ ਕੈਚ ਪਾ ਕੇ ਖਾਣ ਵਾਲੇ ਪਤਾ ਨੀ ਕਿੰਨੇ ਦੀ ਜੁੱਤੀ ਆ ਖਲੋਤੀ ਸਾਈਕਲ ਚ ਵੱਜਣ ਵਾਲੇ ਆ। ਸਾਬਣ ਨੀ ਹੈਗਾ ਜੋਗੇਰੀ ਏਡੀ ਸੋਫਟ, ਮੈਨੂੰ ਤੇ ਨਰਗਸ ਲੱਗਣ ਡਈ। ਖੈਰ ਪਾ ਕੇ ਡਾਂਸ ਕਰਨ ਲੱਗ ਪਏ। ਨਹੀਂ ਇਹ ਪਿੱਛੇ ਕੀ ਮੈਮਰੀ ਕਾਰਡ ਬਣੀ ਜੁੱਤੀ ਬੜੀ ਬੜੀ ਕਲਾਸ ਦੀ ਹੈ ਤੁਹਾਡੇ ਕੋਲ। ਇਹਨਾਂ ਦੀ ਸ਼ਾਦੀ ਹੈ ਜੀ, ਸ਼ਾਦੀ ਵਾਸਤੇ ਲੈਣੀ ਜੁੱਤੀ ਜੀ। ਤੇ ਆ ਕਿਹੜਾ ਮਹੀਨਾ ਹੈ? ਇਹ ਦਸਵਾਂ। ਤੇ ਸਨ ਕਿਹੜਾ ਚੱਲ ਰਿਹਾ? 24। 2026 ਚ ਇਹਨਾਂ ਦੀ ਸ਼ਾਦੀ ਹੈ ਤੇ ਮਹੀਨਾ ਇਹੋ ਹੀ ਹੈ, 2 ਸਾਲ ਬਾਅਦ ਜੁੱਤੀ ਲੈਣੀ। ਸਿਰਫ ਆ ਨਾਪ ਲੈਣ ਆਇਆ ਸਾ ਕਿ ਚੰਗੀ ਕਿਹੜੀ ਲੱਗਦੀ ਹੈ। ਓ ਜਿੰਨਾ ਤੇਰੀ ਮਰਜ਼ੀ ਪੰਜਾਬੇ ਲਿਆ ਓਏ, ਜਿੰਨਾ ਤੇਰੀ ਮਰਜ਼ੀ।